ਫੀਲਡ ਦੇ ਵਿੱਚ ਟਰਮ ਯੂਜ਼ ਕੀਤੀ ਜਾਂਦੀ ਲਕੋਰੀਆ। ਇਹ ਸੱਚ ਗਾਵਾਂ ਦੇ ਵਿੱਚ ਬਿਮਾਰੀ ਨਹੀਂ ਆਇਆ, ਬਾਹਰ ਹੀਟ 'ਚ ਆ ਰਿਹਾ। ਲਕੋਰੀਆ ਦੇ ਵਿੱਚ ਫਿਰ ਮਿਸਅੰਡਰਸਟੈਂਡ ਇਹ ਵੀ ਕੀਤਾ ਜਾਂਦਾ ਕਿ ਜਾਨਵਰ ਦੇ ਰਹਿਮ ਦੇ ਵਿੱਚ ਬਾਰ ਬਾਰ ਲੋਕ ਦਵਾਈ ਰਾ ਦਿੰਦੇ ਨੇ, ਇਨਫੈਕਸ਼ਨ ਨਹੀਂ ਹੁੰਦੀ ਹੈ। ਬਿਸਮਿਲ੍ਲਾਹਿਰਰਹਮਾਨਿਰਰਹੀਮ। ਡਾਕਟਰ ਮੁਹੰਮਦ ਅਵੈਸ ਸਿੱਧੂ, ਸਿੱਧੂ ਵੈਟ ਕਲੀਨਿਕ ਬਾਬਲ ਨਗਰ। ਅੱਜ ਅਸੀਂ ਆਏ ਹਾਂ ਚਕਵਾਲ ਦੇ ਏਰੀਆ ਦੇ ਵਿੱਚ, ਦੁਮਿਆਲ। ਬਾਕੀ ਭਾਈ ਜਾਨ ਨੂੰ ਪੁੱਛਣਾ, ਤੂੰ ਇਹ ਪਿੰਡ ਦਾ ਨਾਂ ਦੱਸਣਾ ਕੀ ਹੈ, ਆਪਣਾ ਨਾਮ ਵੀ ਦੱਸੋ, ਥੋੜ੍ਹਾ ਤਾਰਫ ਕਰਾ ਦਿਓ ਇਹਦਾ। ਮੇਰਾ ਨਾਮ ਸੁਹੇਲ ਅਬਦੁੱਲ ਹੈ ਅਤੇ ਇਸ ਪਿੰਡ ਦਾ ਨਾਮ ਦੁਰਮਿਆਲ ਹੈ, ਤਹਿਸੀਲ ਚੋਹਾ ਸਰਨ ਸ਼ਾਹ, ਜ਼ਿਲ੍ਹਾ ਚਕਵਾਲ ਹੈ। ਠੀਕ ਹੈ। ਹੋਰ ਤੁਹਾਡੇ ਜਾਨਵਰ ਦਾ ਕੀ ਮਸਲਾ ਚੱਲ ਰਿਹਾ? ਸਾਡਾ ਜਾਨਵਰ ਬਾਰ ਬਾਰ ਰਿਪੀਟ ਕਰ ਰਿਹਾ, ਤਕਰੀਬਨ 7-8 ਦਫ਼ਾ ਇਹ ਕਰ ਚੁੱਕਿਆ। ਠੀਕ ਹੈ। ਅਤੇ ਹੁਣ ਵੀ ਇਹ ਮਸਲਾ ਆਇਆ, ਇਸ ਮਸਲੇ ਦੀ ਵਜ੍ਹਾ ਤੋਂ ਤੁਹਾਨੂੰ ਬੁਲਾਇਆ ਗਿਆ। ਅਸੀਂ ਹਰ ਦਫ਼ਾ 20 ਦਿਨ ਰਹਿੰਦੇ ਹਾਂ, ਫਿਰ ਉਸ ਤੋਂ ਬਾਅਦ 19 ਦਿਨ ਬਾਅਦ, 17 ਦਿਨ ਬਾਅਦ, 18 ਦਿਨ ਬਾਅਦ ਫਿਰ ਰਿਪੀਟ ਚੱਲ ਜਾਂਦਾ। ਪਾਣੀ ਸ਼ਾਣੀ ਵੀ ਛਿੜਦਾ, ਜਿਵੇਂ ਪਾਣੀ ਵੀ ਬਹੁਤ ਜ਼ਿਆਦਾ ਛਿੜਦਾ। ਠੀਕ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਜਿਹੜਾ ਸਾਨੂੰ ਕਹਿ ਰਹੇ ਨੇ ਨਾ ਕਿ ਪਾਣੀ ਸਿੱਟਦਾ, ਇਹਨੂੰ ਇੱਕ ਫੀਲਡ ਦੇ ਵਿੱਚ ਟਰਮ ਯੂਜ਼ ਕੀਤੀ ਜਾਂਦੀ ਲਕੋਰੀਆ। ਇਹ ਸੱਚ ਗਾਵਾਂ ਦੇ ਵਿੱਚ ਬਿਮਾਰੀ ਨਹੀਂ ਆਇਆ ਲਕੋਰੀਆ ਦੀ, ਲੇਕਿਨ ਇਹਨੂੰ ਇੱਕ ਯੂਜ਼ ਕੀਤਾ ਜਾਂਦਾ। ਲਕੋਰੀਆ ਦਾ ਅਗਰ ਅਸੀਂ ਸਾਦਾ ਮੈਨੀ ਕੱਢੀਏ ਤਾਂ ਉਹ ਵਿੱਚ ਜਿਵੇਂ ਰਹਿਮ ਦੇ ਵਿੱਚੋਂ ਬਾਰ ਬਾਰ ਪਾਣੀ ਜਿਹੜਾ ਨਾ ਆ ਰਿਹਾ, ਉਹਨੂੰ ਅਸੀਂ ਲਕੋਰੀਆ ਕਹਿ ਦਿੰਦੇ ਹਾਂ। ਇੱਕ ਹਿਊਮਨ ਸਾਈਡ ਦੀ ਬਿਮਾਰੀ ਹੈ, ਲੇਕਿਨ ਇਸ ਸਾਈਡ ਦੇ ਵਿੱਚ ਕੋਈ ਐਸਾ ਜਿਹੀ ਬਿਮਾਰੀ ਕੋਈ ਨਹੀਂ। ਅਸੀਂ ਟਰਮ ਨੂੰ ਯੂਜ਼ ਕੀਤਾ ਹੋਇਆ ਜਾਂ ਲੋਕ ਯੂਜ਼ ਕਰਦੇ ਨੇ ਉਹਨੂੰ ਲੋਕਲੀ, ਲੇਕਿਨ ਐਸਾ ਚੀਜ਼ ਬਿਮਾਰੀ ਕੋਈ ਨਹੀਂ। ਇਹ ਉਦੋਂ ਮਸਲਾ ਬਣਦਾ ਜਦੋਂ ਜਾਨਵਰ ਦੇ ਵਿੱਚ ਖੁਰਾਕ ਦੀ ਕਮੀ ਹੁੰਦੀ ਹੈ। ਖੁਰਾਕ ਦੀ ਕਮੀ ਇਹ ਵੇ ਕਿ ਇਕੱਲੀ ਇਹ ਨਹੀਂ, ਪੱਠਿਆਂ 'ਤੇ ਨਹੀਂ ਹੁੰਦਾ ਜਾਨਵਰ ਨੂੰ। ਤੁਸੀਂ ਅਗਰ ਅੱਛੇ ਐਨੀਮਲ ਰੱਖੇ ਨੇ, ਜ਼ਿਆਦਾ ਦੁੱਧ ਵਾਲੇ ਜਾਨਵਰ ਰੱਖੇ ਨੇ ਨਾ, ਉਹਦਾ ਦੁੱਧ ਆ ਰਿਹਾ, ਉਹਦੇ ਦੁੱਧ ਵਿੱਚ ਮਿਨਰਲਸ, ਵਾਈਟਮਿਨਸ, ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਅਗਰ ਖੁਰਾਕ ਅਸੀਂ ਬੈਲੈਂਸ ਜਾਨਵਰ ਨੂੰ ਮਤਵਾਜ਼ਨ ਖੁਰਾਕ ਨਹੀਂ ਦੇਵਾਂਗੇ, ਉਹਦੇ ਨਾਲ ਕੀ ਹੁੰਦਾ ਕਿ ਜਿਸਮ ਦੇ ਵਿੱਚ ਕਮਜ਼ੋਰੀ ਹੋ ਜਾਂਦੀ, ਨਮਕੀਆਤ ਦੀ, ਵਾਈਟਮਿਨ ਦੀ ਕਮੀ ਹੋ ਜਾਂਦੀ, ਟਰੇਸ ਮਿਨਰਲ ਦੀ ਕਮੀ ਹੋ ਜਾਂਦੀ, ਉਹਦੀ ਵਜ੍ਹਾ ਤੋਂ ਫਿਰ ਹਾਰਮੋਨਲ ਇਮਬੈਲੈਂਸ ਹੋ ਜਾਂਦਾ ਹੈ। ਜਾਨਵਰ ਹੀਟ 'ਚ ਤਾਂ ਆ ਜਾਂਦਾ, ਉਹਦਾ ਜਿਹੜਾ ਫੋਲੀਕਲ ਹੁੰਦਾ ਹੈ ਜਿਹਦੇ ਵਿੱਚੋਂ ਅੰਡਾ ਨਿਕਲਣਾ, ਉਹ ਫੋਲੀਕਲ ਜਿਹੜਾ ਫਟਦਾ ਨਹੀਂ, ਉਹਦੇ ਵਿੱਚੋਂ ਜਿਹੜਾ ਫੋਲੀਕਲ ਹੈ ਉਹਦੇ ਵਿੱਚੋਂ ਫਟੇਗਾ, ਓਵੂਲੇਸ਼ਨ ਹੋਏਗੀ ਅਤੇ ਅੰਡਾ ਨਿਕਲ ਆਏਗਾ। ਜਦੋਂ ਓਵੂਲੇਸ਼ਨ ਹੀ ਨਹੀਂ ਹੋਣੀ, ਪਰਸਿਸਟੈਂਟ ਫੋਲੀਕਲ ਬਣ ਜਾਣਾ, ਫੋਲੀਕਲ ਬਣੇਗਾ ਫਿਰ ਓਵਰੀ ਜਿਹੜੀ ਉਹਦੀ ਹਾਈਪਰ ਐਕਟਿਵ ਹੋ ਜਾਂਦੀ ਹੈ, ਬਾਰ ਬਾਰ ਜਾਨਵਰ ਪਾਣੀ ਸਿੱਟਦਾ ਉਹਦੀ ਵਜ੍ਹਾ ਤੋਂ। ਠੀਕ ਹੈ। ਐਸਟ੍ਰੋਜਨ ਰਿਲੀਜ਼ ਹੁੰਦਾ ਰਹਿੰਦਾ ਹੈ। ਠੀਕ ਹੈ। ਅਤੇ ਉਹਦੀ ਵਜ੍ਹਾ ਤੋਂ ਫਿਰ ਜਾਨਵਰ ਕੀ ਹੈ, ਬਾਰ ਬਾਰ ਹੀਟ 'ਚ ਆ ਰਿਹਾ ਜਾਂ ਇਰੈਗੂਲਰ ਹੀਟ ਆ ਜਾਂਦੀ ਹੈ, 21 ਦਿਨਾਂ ਤੋਂ ਪਹਿਲਾਂ ਆ ਜਾਂਦੀ ਹੈ। ਠੀਕ ਹੈ। ਔਰ ਜਾਨਵਰ ਪਾਣੀ ਬਾਰ ਬਾਰ ਸਿੱਟਦਾ ਘੱਟ ਦੇ ਅਨੁਸਾਰ। ਤੁਸੀਂ ਇੰਨੀ ਇੰਨੀ ਪ੍ਰੋਟੀਨ ਵਾਲਾ, ਜਿਹੜਾ ਜ਼ਿਆਦਾ ਪ੍ਰੋਟੀਨ ਵਾਲਾ ਵੰਡਾ ਦੇਵਾਂਗੇ ਨਾ, ਮੈਂ ਤਾਂ ਲੋਕ ਜਿਵੇਂ ਵੰਡੇ ਦੇ ਮਤਲਬ ਕਹਿੰਦੇ, ਤੁਹਾਡਾ ਜਾਨਵਰ ਹੈਗਾ ਲੋ ਮਿਲਕ ਪ੍ਰੋਡਿਊਸਰ, ਦੁੱਧ ਥੋੜ੍ਹਾ ਦੇ ਰਿਹਾ, ਤੁਸੀਂ ਅਗਰ ਬਹੁਤ ਜ਼ਿਆਦਾ ਸੀ ਪੀ ਵਾਲਾ ਵੰਡਾ ਦਿਓਗੇ ਨਾ, ਜਦੋਂ ਪ੍ਰੋਟੀਨ ਅਸੀਂ ਜਾਨਵਰ ਨੂੰ ਉਹਦੀ ਰਿਕੁਆਇਰਮੈਂਟ ਤੋਂ, ਉਹਦੀ ਜ਼ਰੂਰਤ ਤੋਂ ਜ਼ਿਆਦਾ ਦੇਵਾਂਗੇ ਨਾ, ਜਾਨਵਰ ਦਾ ਜਿਹੜਾ ਰਹਿਮ ਹੁੰਦਾ ਉਹ ਤਜ਼ਾਬੀਅਤ ਉਹਦੇ ਵਿੱਚ ਆ ਜਾਂਦੀ ਹੈ। ਠੀਕ ਹੈ। ਕਿਵੇਂ ਹੁੰਦੀ, ਉਹਦੇ ਵਿੱਚ ਯੂਰੀਆ ਦਾ ਲੈਵਲ ਜ਼ਿਆਦਾ ਹੋਏਗਾ, ਅਗਰ ਪ੍ਰੋਟੀਨ ਬਹੁਤ ਜ਼ਿਆਦਾ ਦੇਵਾਂਗੇ ਜਾਂ ਕੁਛ ਕੰਪਨੀਆਂ ਦੇ ਜਿਹੜਾ ਵੰਡਾ ਜਿਹੜਾ ਹੈ ਬਾਸਕਾ ਅਤੇ ਯੂਰੀਆ ਵੀ, ਕਿਉਂਕਿ ਵੰਡੇ ਦੇ ਵਿੱਚ ਪੈਂਦਾ,
ਅਗਰ ਅਸੀਂ ਜਾਨਵਰ ਦੁੱਧ ਥੋੜ੍ਹਾ ਦੇ ਰਿਹਾ ਸੀ, ਬਹੁਤ ਜ਼ਿਆਦਾ ਦੁੱਧ ਲੈਣ ਵਾਸਤੇ ਬੰਦਾ ਦੇਵਾਂਗੇ, ਉਹਦੀ ਜਿਹੜੀ ਯੂਰੀਆ ਬਲੱਡ ਦੇ ਵਿੱਚ ਜ਼ਿਆਦਾ ਵਧੇਗਾ, ਉਹਦੀ ਵਜ੍ਹਾ ਤੋਂ ਫਿਰ ਜਿਹੜਾ ਰਹਿਮ ਆ ਉਹਦੀ ਪੀਐਚ ਜਿਹੜੀ ਹੈ ਤੇਜ਼ਾਬੀਅਤ ਵਾਲੀ ਹੋ ਜਾਂਦੀ ਹੈ, ਉਹਦੀ ਵਜ੍ਹਾ ਤੋਂ ਵੀ ਜਾਨਵਰ ਬਾਰ ਬਾਰ ਬੱਚਾ ਛੱਡ ਦਿੰਦਾ, ਇਹ ਵੀ ਚੀਜ਼ ਆ। ਬਾਕੀ ਜਿਹੜਾ ਆਪਣਾ ਮਸਲਾ ਹੈ ਇਹਨੂੰ ਤੁਸੀਂ ਜਿਹੜਾ ਨਾ ਖੁਰਾਕ ਦੇ ਨਾਲ ਹੱਲ ਕਰਨਾ, ਹਾਰਮੋਨ ਦੇ ਨਾਲ ਹੱਲ ਕਰਨਾ ਜਾਂ ਆਫਸਿੰਗ ਪ੍ਰੋਟੋਕੋਲ ਦੇ ਨਾਲ ਹੱਲ ਕਰਨਾ। ਖੁਰਾਕ ਅੱਛੀ ਹੋਏਗੀ, ਟਰੇਸ ਮਿਨਰਲ ਜਾਣਗੇ, ਵਿਟਾਮਿਨ ਈ ਸਿਲੀਨੀਅਮ ਹੋ ਗਿਆ, ਟਰੇਸ ਮਿਨਰਲ ਜਾਣਗੇ, ਅਤੇ ਇਨਸ਼ਾਅੱਲਾ ਤਾਲਾ ਜਾਨਵਰ ਜਿਹੜਾ ਨਾ ਉਹਦਾ ਹਾਰਮੋਨਲ ਜਿਹੜਾ ਇਮਬੈਲੈਂਸ ਆ ਉਹ ਓਕੇ ਹੋ ਜਾਏਗਾ, ਔਰ ਜਾਨਵਰ ਜਿਹੜਾ ਫੋਲੀਕਲ ਆ ਉਹਦੀ ਫਿਰ ਓਵੂਲੇਸ਼ਨ ਹੋ ਜਾਏਗੀ। ਵਰਨਾ ਜਿਹੜਾ ਇਹ ਫੋਲੀਕਲ ਦੀ ਓਵੂਲੇਸ਼ਨ ਨਹੀਂ ਹੋਏਗੀ, ਜਾਨਵਰ ਐਵੇਂ ਵਾਰ ਵਾਰ ਰਿਪੀਟ ਕਰਦਾ ਰਹੇਗਾ। ਲਕੋਰੀਆ ਦੇ ਵਿੱਚ ਫਿਰ ਮਿਸਅੰਡਰਸਟੈਂਡ ਇਹ ਵੀ ਕੀਤਾ ਜਾਂਦਾ ਕਿ ਜਾਨਵਰ ਦੇ ਰਹਿਮ ਦੇ ਵਿੱਚ ਵਾਰ ਵਾਰ ਲੋਕ ਦਵਾਈ ਰਾ ਦਿੰਦੇ ਨੇ, ਇਨਫੈਕਸ਼ਨ ਨਹੀਂ ਹੁੰਦੀ ਹੈ ਕਿਉਂਕਿ ਪਾਣੀ ਤੁਸੀਂ ਵੀ ਵੇਖਿਆ ਸ਼ੀਸ਼ੇ ਤਰ੍ਹਾਂ ਸਾਫ਼ ਆ ਰਿਹਾ, ਲੇਕਿਨ ਅਸੀਂ ਆਪਣੀ ਅਹਤਿਆਤੀ ਤੌਰ 'ਤੇ ਅਸੀਂ ਕਹਿੰਦੇ ਕਿ ਯਾਰ ਅਗਰ ਸ਼ਾਇਦ ਕੋਈ ਮਸਲਾ ਨਾ ਹੋਵੇ ਐਂਟੀਬਾਇਓਟਿਕ ਉਹਨੂੰ ਰਖਵਾ ਦਿਓ। ਅਸਲ ਜਿਹੜਾ ਟ੍ਰੀਟਮੈਂਟ ਉਹਦਾ ਇਹ ਆ ਕਿ ਤੁਸੀਂ ਹਾਰਮੋਨਲ ਟ੍ਰੀਟਮੈਂਟ ਕਰਨਾ, ਉਹਦੀ ਖੁਰਾਕ ਅੱਛੀ ਰੱਖਣੀ ਆ, ਮਿਨਰਲ ਅੱਛੀ ਕੰਪਨੀ ਦਾ ਦੇਣਾ, ਲੋਕਲ ਮਿਨਰਲ ਨਾ ਦਿਓ, ਕਿਉਂਕਿ ਨਾਰਮਲੀ ਤੁਸੀਂ ਮਿਨਰਲ ਸਾਦਾ ਦੇ ਦਿਓ ਤੁਹਾਡਾ ਜਾਨਵਰ ਅਗਰ ਅੱਛਾ ਪਰਫਾਰਮ ਕਰ ਰਿਹਾ, ਅਗਰ ਤੁਹਾਡੇ ਜਾਨਵਰ ਨੂੰ ਮਸਲਾ ਬਣ ਰਿਹਾ ਫਿਰ ਤੁਸੀਂ ਇੰਪੋਰਟਡ ਅੱਛਾ ਮਿਨਰਲ ਪਾਓ, ਡੀਸੀਪੀ ਪਾਓ, ਖੁਰਾਕ ਅੱਛੀ ਦਿਓ ਔਰ ਹਾਰਮੋਨਲ ਥੈਰੇਪੀ ਕਰੋ, ਇਨਸ਼ਾਅੱਲਾ ਤਾਲਾ ਜਿਹੜਾ ਤੁਹਾਡਾ ਮਸਲਾ ਨਾ ਜਾਨਵਰ ਬਾਰ ਬਾਰ ਫਿਰ ਰਿਹਾ ਜਾਂ ਲਕੋਰੀਆ ਵਾਲਾ ਇਹ ਹੱਲ ਹੋ ਜਾਂਦਾ।